ਦੋਸਤੋ ਸਾਡੇ ਕੋਲ ਸਵਾਲ ਕੀ ਹੈ ਕਿ ਅਸੀਂ 10 ਬਿੰਦੀਆਂ ਨੂੰ 5 ਕਤਾਰਾਂ ਦੇ ਵਿੱਚ ਲਗਾਉਣਾ ਹੈ ਤੇ ਹਰ ਕਤਾਰ ਦੇ ਵਿੱਚ 4 ਬਿੰਦੀਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਸੋ ਇੱਕ ਤਾਂ ਅਸੀਂ ਸਿੰਪਲ ਪੈਟਰਨ ਦੇ ਵਿੱਚ ਜਿਹੜੀਆਂ ਡਾਟਸ ਨੇ ਬਿੰਦੀਆਂ ਨੇ ਉਹਨਾਂ ਨੂੰ ਲਗਾ ਸਕਦੇ ਹਾਂ ਜਿਵੇਂ 1 2 3 4 ਤਾਂ ਇਸ ਦੇ نیچے ਲਾ ਦਿੰਨਾ ਮਿੱਤਰ ਨੂੰ ਦੇਖੋ ਦੋ ਲਾਈਨਾਂ ਬਣ ਗਈਆਂ ਕਿੱਧਰ ਬਣ ਗਈ ਹੈ ਇੱਕ ਇੱਧਰ ਬਣ ਗਈ ਹੈ ਦੋਨਾਂ ਦੇ ਵਿੱਚ 4-4 ਬਿੰਦੀਆਂ ਆ ਗਈਆਂ ਨੇ ਤੇ 4 3 7 8 9 ਤੇ 1 10 ਤਾਂ ਇਸ ਤਰੀਕੇ ਮੇਰੇ ਪਾਸ ਇਦਾਂ ਦੀਆਂ 3 ਕਤਾਰਾਂ ਬਣਦੀਆਂ ਨੇ 3 ਲਾਈਨਾਂ ਬਣਦੀਆਂ ਨੇ ਜਿਨ੍ਹਾਂ ਦੇ ਵਿੱਚ 4 ਬਿੰਦੀਆਂ ਨੇ ਹਰ ਦੇ ਵਿੱਚ ਤੇ ਅਸੀਂ ਕੁੱਲ ਕਿੰਨੀਆਂ ਬਿੰਦੀਆਂ ਪਲੋਟ ਕੀਤੀਆਂ ਨੇ 10 ਸੋ ਸਾਨੂੰ ਇਦਾਂ ਦੀ ਕੋਈ ਫਿਗਰ ਇਦਾਂ ਦੀ ਕੋਈ ਫੋਟੋ ਸੋਚਣੀ ਪਊਗਾ ਇਦਾਂ ਦਾ ਕੋਈ ਆਕਾਰ ਸੋਚਣਾ ਪਊਗਾ ਜਿਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਪੁਆਇੰਟ ਨੇ ਕਾਮਨ ਹੋਣ ਤਾਂ ਕਿ ਹਰ ਕਤਾਰ ਦੇ ਵਿੱਚ 5 ਜਿਹੜੀਆਂ ਬਿੰਦੀਆਂ ਨੇ ਉਹ ਆ ਸਕਣ ਸਿੱਧੀਆਂ ਤਾਣ ਗਿਆ ਨੇ ਸੋ ਸਾਨੂੰ ਕੋਈ ਗਣਿਤ ਦਾ ਕੋਈ ਆਕਾਰ ਸੋਚਣਾ ਚਾਹੀਦਾ ਹੈ ਜਿਵੇਂ ਵਰਗ ਹੈ ਸਾਡੇ ਪਾਸ ਤਾਂ ਦੇਖੋ ਚਾਰ ਡਾਟ ਹੋ ਗਏ ਨੇ ਜੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਪਲੋਟਿੰਗ ਬਣਾਵਾਂ 5 6 7 8 9 10 ਤਾਂ ਇਸ ਲਾਈਨ ਦੇ ਵਿੱਚ ਵੀ ਚਾਰ ਬਿੰਦੀਆਂ ਨੇ ਚਾਰ ਡਾਟਸ ਨੇ ਇਸ ਲਾਈਨ ਦੇ ਵਿੱਚ ਵੀ ਚਾਰ ਨੇ ਇਸ ਲਾਈਨ ਦੇ ਵਿੱਚ ਵਿਚਾਰਨੇ ਤਾਂ ਟੋਟਲ ਅਸੀਂ 10 ਬਿੰਦੀਆਂ ਪਲੋਟ ਕਰਤੀਆਂ ਪਰ ਲਾਈਨਾਂ ਸਾਡੇ ਪਾਸ ਕਿੰਨੀਆਂ ਬਣੀਆਂ ਤਿੰਨ ਤੇ ਸਾਨੂੰ ਲਾਈਨਾਂ ਚਾਹੀਦੀਆਂ ਕਿੰਨੀਆਂ ਨੇ ਸਾਨੂੰ ਲਾਈਨਾਂ ਚਾਹੀਦੀਆਂ ਨੇ ਪੰਜ ਸੋ ਸਾਨੂੰ ਕੁਝ ਅਲੱਗ ਤੋਂ ਕੋਈ ਹੋਰ ਆਕਾਰ ਜਿਹੜਾ ਇਹ ਸੋਚਣਾ ਪਊਗਾ ਸੋ ਜਿਵੇਂ ਅਸੀਂ ਵਰਗ ਸੋਚਿਆ ਉਸੇ ਤਰ੍ਹਾਂ ਅਸੀਂ ਤ੍ਰਿਭੁਜ ਬਣਾ ਕੇ ਦੇਖ ਸਕਦੇ ਹਾਂ ਇੱਕ ਤ੍ਰਿਭੁਜ ਅਸੀਂ ਇਸ ਤਰ੍ਹਾਂ ਬਣਾ ਲੈਨੇ ਆ ਇੱਕ ਤ੍ਰਿਭੁਜ ਅਸੀਂ ਉਲਟੀ ਬਣਾ ਲੈਨੇ ਆ ਜਿਵੇਂ ਅਸੀਂ ਸਟਾਰ ਬਣਾਉਨੇ ਆ ਤਾਂ ਜੇ ਮੈਂ ਧਿਆਨ ਨਾਲ ਦੇਖਾਂ ਜੀ ਕੋਈ ਜਿਹੜੀ ਇਹ ਲਾਈਨ ਹੈ ਇਹਦੇ ਵਿੱਚ 4 ਪੁਆਇੰਟ ਬਣ ਗਏ 1 2 3 4 ਤਵਰ ਤੋਂ ਬਦ ਕਾਮਨ ਪੁਆਇੰਟ ਆ ਰਹੇ ਨੇ ਇਸੇ ਤਰ੍ਹਾਂ 1 2 3 4 ਇੱਧਰ ਵੀ 1 2 3 4 1 2 3 4 ਇੱਧਰੋਂ ਵੀ 1 2 3 4 ਪਰ ਦੇਖੋ ਜੀ ਮੈਂ ਲਾਈਨਾਂ ਦੀ ਗਿਣਤੀ ਕਰਾਂ 1 2 3 4 5 6 ਲਾਈਨਾਂ ਮੇਰੇ ਕੋਲ 6 ਬਣ ਗਈਆਂ ਚਾਹੀਦੀਆਂ ਮੈਨੂੰ ਕਿੰਨੀਆਂ ਸੀ 5 ਤੇ ਜੇ ਮੈਂ ਪੁਆਇੰਟਾਂ ਦੀ ਵੀ ਗਿਣਤੀ ਕਰਾਂ 1 2 3 4 5 6 7 8 9 10 11 12 ਤਾਂ ਬਿੰਦੀਆਂ ਵੀ ਸਾਡੀਆਂ 12 ਲੱਗੀਆਂ ਨੇ ਸੋ ਇਹ ਵੀ ਸਾਡਾ ਸਹੀ ਨਹੀਂ ਬਣ ਰਿਹਾ ਤਾਂ ਇੱਕ ਤਰੀਕੇ ਨਾਲ ਸਾਨੂੰ ਇੱਥੋਂ ਆਈਡੀਆ ਮਿਲ ਗਿਆ ਕਿ ਸਟ੍ਰਕਚਰ ਜਿਹੜੀ ਫਿਗਰ ਕੋਈ ਹੋਣੀ ਚਾਹੀਦੀ ਇੰਦਾ ਦੀ ਹੋਣੀ ਚਾਹੀਦੀ ਹੈ ਸੋ ਇੱਕ ਸਟਾਰ ਤਾਂ ਸੀ ਇਹ ਬਣਾਣੇ ਆ ਇੱਕ ਸਟਾਰ ਅਸੀਂ ਇਸ ਤਰ੍ਹਾਂ ਵੀ ਤਿਆਰ ਕਰਦੇ ਆ ਤਾਂ ਜੇਕਰ ਮੈਂ ਇਹਨਾਂ ਦੇ ਪੁਆਇੰਟਾਂ ਦੀ ਗਿਣਤੀ ਕਰਾਂ ਦੇਖੋ ਇੱਕ 2 3 4 ਤਾਂ ਇਹ ਲਾਈਨ ਦੇ ਵਿੱਚ 4 ਪੁਆਇੰਟ ਨੇ ਇਸੇ ਤਰ੍ਹਾਂ ਇਹ ਵਾਲੀ ਲਾਈਨ 1 2 3 4 4 ਪੁਆਇੰਟ ਨੇ 1 2 3 4 ਪੁਆਇੰਟ ਨੇ 1 2 3 4 1 2 3 4 5 ਡਾਟਸ 6 7 8 9 10 ਸੋ ਅਸੀਂ 10 ਬਿੰਦੂਆਂ ਨੂੰ ਇਸ ਤਰੀਕੇ ਨਾਲ ਲਗਾਇਆ ਹੈ ਕਿ ਸਾਡੇ ਪਾਸ 5 ਕਤਾਰਾਂ ਬਣੀਆਂ ਨੇ ਤੇ ਹਰ ਕਤਾਰ ਦੇ ਵਿੱਚ 4 ਬਿੰਦੀਆਂ ਨੇ ਸੋ ਇਹਦਾ ਸਹੀ ਜਿਹੜਾ ਆਨਸਰ ਹੈ ਉਹ ਇੱਕ ਸਟਾਰ ਹੈ ਇਹ ਵਾਲਾ ਸਟਾਰ ਨਹੀਂ ਹੈ ਇਹ ਪੰਜ ਪੰਜ ਸਾਈਡਾਂ ਵਾਲਾ ਜਿਹਦੇ ਵਿੱਚ ਪੰਜ ਪੁਆਇੰਟਸ ਅਸੀਂ ਬਾਹਰ ਲੈਣੇ ਆ ਸੋ ਦੋਸਤੋ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਬਾਕੀ ਸਾਥੀਆਂ ਦੇ ਨਾਲ ਪਲੀਜ਼ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਆਉਣ ਲਈ ਧੰਨਵਾਦ